What's up everyone, my name is Parul, and you are watching Parul TV. Today's vlog, you will see it, we are going to talk about the weather in Canada. Canada de vich weather kidda da hunda va, thand kidda di hundi hai, garmi kidda di hundi hai. Kaafi questions aande rehnde ne ki ji weather de karke kithe kam ta nahi affect ho jande ya colleges ta nahi kithe band ho jande, jidda matlab koi problem aa gayi, jidda disaster hi ho gaya. Edda di koi itthe gall nahi hai ji, weather de karke itthe kuch vi nahi rukda. Plus jehdi thand tusi kehnde ho ki loki kehnde si thand sahan kar paavange, bilkul kar paavange ji. Tusi jis time de utte kapde pao us hisab de jidda da weather chal reha. The ਸ਼ੁਰੂਆਤ ਤੇ ਤੁਸੀਂ ਦੇਖਿਆ ਹੋਵੇਗਾ ਕਿ ਕਿੱਦਾਂ ਦੇ ਮਤਲਬ ਮੈਂ ਕਲੋਥਸ ਪਾਏ ਹੋਏ ਆ ਸਮਰਸ ਦੇ ਵਿੱਚ, ਠੀਕ ਆ, ਫਿਰ ਥੋੜੀ ਜਿਹੀ ਵਿੱਚ ਫਾਲ ਆ ਜਾਂਦੀ ਹੈ ਤੇ ਫਿਰ ਜ਼ਿਆਦਾਤਰ ਜੀ ਇੱਥੇ ਠੰਡ ਹੀ ਰਹਿੰਦੀ ਹੈ ਤੇ ਠੰਡ ਦੇ ਵਿੱਚ ਜੀ ਤੁਹਾਨੂੰ ਮੈਂ ਹੁਣ ਸ਼ੁਰੂ ਕਰ ਦਿੰਦਾ ਥੋੜੇ ਜਿਹੇ ਕੱਪੜੇ ਪਹਿਲੇ ਦਿਖਾ ਦੇਣਾ ਫਿਰ ਆਪਾਂ ਗੱਲਬਾਤ ਕਰਦੇ ਹਾਂ ਕਿ ਇਹਦੇ ਨਾਲ ਕੁਝ ਇਫੈਕਟ ਹੁੰਦਾ ਵੀ ਆ ਕੰਮ ਦੇ ਉੱਤੇ ਜਾਂ ਪੜ੍ਹਾਈ ਦੇ ਉੱਤੇ ਕਿ ਨਹੀਂ ਤੇ ਪਹਿਲੇ ਤਾਂ ਜਿਹੜੇ ਲੋਕੀ ਪੈਕਿੰਗ ਵਾਲੀ ਮੇਰੀ ਵੀਡੀਓ ਦੇਖੀ ਤੁਸੀਂ ਇੰਨਾ ਪਿਆਰ ਦਿੱਤਾ ਉਹਦੇ ਲਈ ਸਭ ਤੋਂ ਪਹਿਲੇ ਥੈਂਕ ਯੂ ਤੇ ਬਾਕੀ ਜੀ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਕਹਿਣਾ ਸੀਗਾ ਇਸ ਵੀਡੀਓ ਦੇ ਵਿੱਚ ਵੀ ਕਿ ਇੰਡੀਆ ਤੋਂ ਲੈ ਕੇ ਆਓ ਤੇ ਜਿਹੜੀਆਂ ਇੱਥੇ ਆ ਕੇ ਲੈਣੀਆਂ ਉਹ ਵੀ ਮੈਂ ਤੁਹਾਨੂੰ ਦਿਖਾ ਦੇਣਾ ਤੇ ਵਿੰਟਰ ਦੇ ਵਿੱਚ ਵੀ ਜੀ ਦੇਖੋ ਤੁਸੀਂ ਜਿੱਦਾਂ ਜੈਕਟ ਹੈ ਉਹ ਤੁਹਾਨੂੰ ਸਨੋ ਕੋਟ ਜਿਹੜਾ ਵਾ ਉਹ ਇੱਥੇ ਆ ਕੇ ਲੈਣਾ ਪੈਣਾ ਆਹ ਦੇਖ ਲਓ ਜੀ ਆਹ ਸਨੋ ਕੋਟ ਇਹ ਬਹੁਤ ਹੀ ਹੈਵੀ ਹੁੰਦਾ ਵਾ ਸਨੋ ਕੋਟ ਐਵੇਂ ਨਹੀਂ ਕਿ ਤੁਸੀਂ ਬਸ ਪਾ ਲਿਆ ਤੇ ਇਹਨੂੰ ਪਾ ਕੇ ਬੰਦਾ ਥੱਕ ਵੀ ਜਾਂਦਾ ਸਾਰਾ ਦਿਨ ਤੇ ਸਨੋ ਕੋਟ ਦੇਖ ਲਓ ਇਹ ਡਬਲ ਟੋਪੀ ਹੈ ਇਹਦੇ ਵਿੱਚ ਠੀਕ ਹੈ ਨਾ ਪਲੱਸ ਕਿੰਨੀਆਂ ਸਾਰੀਆਂ ਪਾਕਟਸ ਇਹਦਾ ਵੇਟ ਵੀ ਦੇਖ ਲਓ ਕਿੰਨਾ ਜ਼ਿਆਦਾ ਹੈ ਇਹ ਪਹਿਨਾ ਵਾ ਵਿੰਟਰ ਦੇ ਵਿੱਚ ਹੁਣ ਵਿੰਟਰ ਦੇ ਵਿੱਚ ਕਦੋਂ ਜਦੋਂ ਮੰਨ ਲਓ ਬਹੁਤ ਜ਼ਿਆਦਾ ਸਨੋ ਪੈ ਰਹੀ ਹੈ ਜਦੋਂ -10 -8 -7 ਮਤਲਬ ਮਾਈਨਸ ਜਦੋਂ ਟੈਂਪਰੇਚਰ ਚਲਾ ਜਾਵੇ ਨਾ ਲੋਕੀ ਆਪਣੇ ਸਨੋ ਕੋਟ ਕੱਢ ਲੈਂਦੇ ਹੈਗੇ ਆ ਸਨੋ ਕੋਟ ਦੇ ਨਾਲ ਤੁਸੀਂ ਆਹ ਵੀ ਪਾ ਸਕਦੇ ਹੋ ਮਫਲਰ ਤਾਂ ਕਿ ਆਪਣੇ ਆਪ ਨੂੰ ਲੌਕ ਕਰਨ ਲਈ ਜਿੱਦਾਂ ਇੱਦਾਂ ਕਰਕੇ ਇਹਨੂੰ ਪਾ ਲਿਆ ਹੁਣ ਇਹਦੇ ਉੱਤੇ ਪਾ ਲਿਆ ਸਨੋ ਕੋਟ ਅਤੇ ਇਹਦੇ ਨਾਲ ਸੀਲ ਹੋ ਜਾਏਗਾ ਆਹ ਤੁਸੀਂ ਇੰਡੀਆ ਤੋਂ ਲੈ ਕੇ ਆ ਸਕਦੇ ਹੋ ਆਹ ਚੀਜ਼ਾਂ ਜਿਹੜੀਆਂ ਨੇ ਇੱਥੇ ਮਹਿੰਗੀਆਂ ਨੇ ਮਫਲਰ ਵਗੈਰਾ ਐਕਸੈਸਰੀਜ਼ ਵਗੈਰਾ ਨਾਲੇ ਵਧੀਆ ਵੀ ਹੈ ਨਹੀਂ ਗੀਆਂ ਇੰਡੀਆ ਦੇ ਵਿੱਚ ਜਿਹੜੇ ਮੇਰੇ ਇੰਡੀਆ ਤੋਂ ਆਏ ਹੋਏ ਨਾ ਇੱਦਾਂ ਦੀਆਂ ਚੀਜ਼ਾਂ ਉਹ ਜ਼ਿਆਦਾ ਬੈਟਰ ਨੇ ਇੱਥੇ ਨਾਲੋਂ ਅਤੇ ਵਾਰਮ ਵੀ ਨੇ ਅਤੇ ਚੀਪ ਵੀ ਨੇ ਪੈਸੇ ਵੀ ਬਚਦੇ ਆ ਅਤੇ ਆਹ ਤੁਸੀਂ ਇੰਡੀਆ ਤੋਂ ਲੈ ਸਕਦੇ ਹੋ ਜੈਕਟ ਤੁਸੀਂ ਇੱਥੇ ਆ ਕੇ ਲੈਣੀ ਹੈ ਅਤੇ ਵਿੰਟਰ ਦੇ ਵਿੱਚ ਜੀ ਆਹ ਚੀਜ਼ਾਂ ਤਾਂ ਬਹੁਤ ਜ਼ਰੂਰੀ ਹੈ ਅਤੇ ਜੇ ਤੁਸੀਂ ਇੱਥੇ ਆ ਕੇ ਪਲਾਨ ਕਰੋ ਲੈਣੀਆਂ ਲੈ ਲਓ ਜੇ ਨਹੀਂ ਤਾਂ ਫਿਰ ਇੰਡੀਆ ਤੋਂ ਲੈ ਕੇ ਆਓ ਫਿਰ ਆ ਗਏ ਜੀ ਗਲਵਸ ਗਲਵਸ ਵੀ ਤੁਹਾਨੂੰ ਬਹੁਤ ਜ਼ਿਆਦਾ ਹਾਈ ਕੁਆਲਿਟੀ ਦੇ ਚਾਹੀਦੇ ਵਿੰਟਰ ਦੇ ਵਿੱਚ ਇਨ ਵਿੰਟਰਸ ਇਟਸ ਸੁਪਰ ਕੋਲਡ ਸੁਪਰ ਡੂਪਰ ਕੋਲਡ ਐਵੇਂ ਜੇ ਤੁਸੀਂ ਹਲਕੇ ਜਿਹੇ ਗਲਵਸ ਵੀ ਪਾਏ ਹੋਣ ਨਾ ਤਾਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਬੰਨੀ ਨਹੀਂ ਤੁਹਾਨੂੰ ਇੱਦਾਂ ਦੇ ਗਲਵਸ ਚਾਹੀਦੇ ਜਿਨ੍ਹਾਂ 'ਚ 2-3 ਲੇਅਰਾਂ ਹੋਣ ਜਿੱਦਾਂ ਆਹ ਗਲਵਸ ਦੇ ਅੰਦਰ ਦੇਖੋ ਇਹਦੇ ਅੰਦਰ ਫਲੀਸ ਜੀ ਲੱਗੀ ਹੋਈ ਆ ਠੀਕ ਆ ਅਤੇ ਉਹ ਪ੍ਰਾਈਸਿਸ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਜੈਕਟਸ ਜਿਹੜੀਆਂ ਨੇ ਉਹ ਸਟਾਰਟ ਹੋ ਜਾਂਦੀਆਂ ਨੇ ਜੀ $150-$200 ਤੋਂ ਅਤੇ $1500-$2000 ਤੱਕ ਜਾਂਦੀਆਂ ਨੇ ਅਤੇ ਡਿਪੈਂਡ ਕਰਦਾ ਤੁਹਾਡਾ ਬਜਟ ਜਾਂ ਰੇਂਜ ਜੋ ਵੀ ਹੈ ਅਤੇ ਉਹ ਤੁਸੀਂ ਜੈਕਟ ਲੈ ਸਕਦੇ ਹੋ ਬ੍ਰਾਂਡਸ ਜਿਹੜੇ ਹੈਗੇ ਨੇ ਕਾਫੀ ਸਾਰੇ ਨੇ ਇੱਥੇ ਆਓਗੇ ਤੁਸੀਂ ਦੇਖ ਲਓਗੇ ਲੋਕਾਂ ਨੇ ਜਿਹੜੇ ਪਾਏ ਹੁੰਦੇ ਆ ਗਲਵਸ ਜਿਹੜੇ ਨੇ ਉਹ ਵੀ $40-$50 ਤੋਂ ਸਟਾਰਟ ਹੋ ਜਾਂਦੇ ਆ ਇੱਥੇ ਆ ਕੇ ਅਤੇ ਅੱਗੇ ਕੋਈ ਐਂਡ ਨਹੀਂ ਹੈ ਜੀ ਇਹਨਾਂ ਦਾ ਵੀ ਜੈਕਟ ਦਾ ਵੀ ਵੈਸੇ ਕੋਈ ਐਂਡ ਨਹੀਂ ਹੈ ਬਟ ਅੱਛੀ ਜੈਕਟ ਜਿਹੜੀ ਆ ਉਹ $1200-$1500 ਦੀ ਵੀ ਆਉਂਦੀ ਹੈ ਬਟ ਸ਼ੁਰੂਆਤ 'ਚ ਤੁਸੀਂ 200-250 ਦੀ ਲੈ ਸਕਦੇ ਹੋ ਫਿਰ ਹੌਲੀ ਹੌਲੀ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਬਾਏ ਕਰ ਸਕਦੇ ਹੈਗੇ ਹੋ ਅਤੇ ਗਲਵਸ ਆ ਗਏ ਜੀ ਆਹ ਵਾਲੇ ਹੁਣ ਜਿਹਦੇ ਇਹਦੇ ਬਾਹਰ ਲੈਦਰ ਹੈ ਅਤੇ ਅੰਦਰ ਇਹਦੇ ਫਲੀਸ ਹੈ ਮੇਕ ਸ਼ੋਰ ਤੁਸੀਂ ਵੂਲ ਵਾਲੇ ਗਲਵਸ ਨਾਲ ਲੈ ਕੇ ਆਓ ਕਿਉਂਕਿ ਵੂਲ ਵਾਲੇ 'ਚ ਹਵਾ ਜਦੋਂ ਅੰਦਰ ਵੜ ਜਾਣੀ ਹੈ ਨਾ ਤਾਂ ਤੁਹਾਡੇ ਹੱਥ ਸੁੰਨ ਹੋ ਜਾਣੇ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਕੁਝ ਹੋਣਾ ਨਹੀਂ ਬੈਟਰ ਹੈ ਕਿ ਉਹ ਵਾਲੇ ਲਿਆਓ ਜਿਹੜੇ ਹੁੰਦੇ ਨਾ ਪਲਾਸਟਿਕ ਦੇ ਜਿਹੜੇ ਬਾਈਕਰਸ ਵਾਲੇ ਹੁੰਦੇ ਨੇ ਮੋਟੇ ਹੈਵੀ ਤੋਂ ਹੈਵੀ ਗ੍ਰੇਡ ਜਿਹੜੇ ਨਾ ਉਹ ਲੈ ਕੇ ਆਓ ਕਿਉਂਕਿ ਉਹੀ ਤੁਹਾਡੇ ਕੰਮ ਆਣੇ ਆ ਨਾਰਮਲ ਵਾਲੇ ਤੁਹਾਡੇ ਇੱਥੇ ਕਦੀ ਇੱਥੇ ਪੈਣੇ ਨਹੀਂ ਕਿਉਂਕਿ ਇੱਥੇ ਘੱਟ ਵੱਧ ਠੰਡ ਪੈਂਦੀ ਨਹੀਂ ਪੈਂਦੀ ਹੈ ਤਾਂ ਬਹੁਤ ਹੀ ਪੈਂਦੀ ਹੈ ਜੇ ਨਹੀਂ ਪੈਂਦੀ ਤਾਂ ਫਿਰ ਤੁਸੀਂ ਪਾਓਗੇ ਨਹੀਂ ਗਲਵਸ ਕਿਉਂਕਿ ਤੁਹਾਨੂੰ ਫਰਕ ਹੀ ਨਹੀਂ ਪੈਣਾ ਹੈਗਾ ਉਸ ਤੋਂ ਬਾਅਦ ਆ ਗਈ ਜੀ ਕੈਪ ਇੱਕ ਵੂਲਨ ਕੈਪ ਹੈ ਆ ਵੀ ਤੁਸੀਂ ਇੰਡੀਆ ਤੋਂ ਲੈ ਕੇ ਆ ਸਕਦੇ ਹੈਗੇ ਹੋ ਕੈਪ ਵੀ ਜਿਹੜੀ ਹੈ ਜੀ ਇਹ ਇੱਕ ਐਜ਼ ਅ ਲੇਅਰ ਹੀ ਕੰਮ ਕਰੇਗੀ ਕਿਉਂਕਿ ਜਿਹੜੀ ਅਸਲੀ ਕੈਪ ਹੈ ਜਿਹਨੇ ਤੁਹਾਨੂੰ ਬਚਾਉਣਾ ਹੈ ਨਾ ਉਹ ਜੈਕਟ ਦੇ ਵਿੱਚ ਆ ਠੀਕ ਹੈ ਉਹਦੇ ਵਿੱਚ ਫੀਲਿੰਗ ਹੋਈ ਪਈ ਹੈ ਪੈਡਿੰਗ ਹੋਈ ਪਈ ਹੈ ਅਤੇ ਜਿਹੜੀ ਕੈਪ ਹੈ ਉਹ ਤੁਸੀਂ ਇੱਕ ਲੇ ਆਓ ਲੇਅਰ ਵਾਸਤੇ ਠੀਕ ਹੈ ਜਿੱਦਾਂ ਮੰਨ ਲਓ ਹੁਣ ਹਰ ਟਾਈਮ ਤੁਸੀਂ ਉੱਤੇ ਤਾਂ ਨਹੀਂ ਪਾ ਕੇ ਰੱਖੋਗੇ ਨਾ ਜਦੋਂ ਸਨੋ ਪੈ ਰਹੀ ਉਦੋਂ ਤੁਸੀਂ ਉੱਤੇ ਪਾਓਗੇ ਜੇ ਕੈਜੂਅਲੀ ਤੁਸੀਂ ਤੁਰਨਾ ਮਾੜਾ ਜਿਹਾ ਸਾਹ ਲੈਣਾ ਤਾਂ ਕੈਪ ਤੁਸੀਂ ਪਾ ਸਕਦੇ ਹੋ ਇਹਦੇ ਉੱਤੇ ਜੈਕਟ ਪਾ ਲਈ ਠੀਕ ਹੈ ਕਈ ਲੋਕੀ ਤਾਂ ਡਿਊਲ ਕੈਪ ਵੀ ਲੈ ਕੇ ਆਉਂਦੇ ਜਿਹਦੇ ਅੰਦਰ ਵੀ ਫਲੀਸ ਦੀ ਕਲੀਅਰ ਹੁੰਦੀ ਹੈ ਉਹ ਡਿਪੈਂਡ ਕਰਦਾ ਤੁਹਾਨੂੰ ਕਿੰਨੀ ਕੁ ਠੰਡ ਲੱਗਦੀ ਅਗੇਨ ਆਹ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਤੁਸੀਂ ਇੰਪੋਰਟੈਂਟ ਹੈ ਲੈ ਕੇ ਆਓ ਉਹ ਤੋਂ ਬਾਅਦ ਆ ਗਏ ਜੀ ਵਿੰਟਰ ਸ਼ੂਜ਼ ਸਨੋ ਸ਼ੂਜ਼ ਆਹ ਦੇਖੋ ਜੀ ਸਨੋ ਸ਼ੂਜ਼ ਵੀ ਆਹ ਤੁਸੀਂ ਇੱਥੇ ਆ ਕੇ ਲੈਣੇ ਆ ਐਡੇ ਐਡੇ ਸ਼ੂ ਆਉਂਦੇ ਤਾਂ ਕਰਕੇ ਕਿਉਂਕਿ ਇੱਥੇ ਬਰਫ਼ ਬਹੁਤ ਜ਼ਿਆਦਾ ਪੈਂਦੀ ਹੈ ਅਤੇ ਜਦੋਂ ਤੁਸੀਂ ਪਾਏ ਹੋਣਗੇ ਛੋਟੇ ਸ਼ੂ ਅਤੇ ਬਰਫ਼ ਵੜ ਗਈ ਤੁਹਾਡੇ ਪੈਰਾਂ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਤੁਸੀਂ ਡਾਂਸ ਕਰਨਾ ਹੈਗਾ ਵਾ ਗਾਣਿਆਂ ਦੇ ਉੱਤੇ ਜੈਜ਼ੀਬੀ ਦੇ ਤੁਹਾਨੂੰ ਗਾਣੇ ਵਜਾਉਣ ਦੀ ਵੀ ਲੋੜ ਨਹੀਂ ਪੈਣੀ ਤੁਹਾਡਾ ਆਪਣੇ ਆਪ ਹੀ ਡਾਂਸ ਨਿਕਲ ਜਾਣਾ ਜਾਂ ਫਿਰ ਤੁਹਾਡੇ ਘਰ ਜਾ ਕੇ ਪੈਰਾਂ 'ਚ ਦਰਦ ਬਹੁਤ ਹੋਣੀ ਹੈ ਸ਼ੂ ਜਿਹੜੇ ਹੁੰਦੇ ਜੀ ਇੰਡੀਆ ਤੋਂ ਨਾ ਲੈ ਕੇ ਆਈਓ ਕਈ ਲੋਕ ਕੀ ਕਰਦੇ ਇੰਡੀਆ ਤੋਂ ਗਰਮ ਸ਼ੂਜ਼ ਲੈ ਆਉਂਦੇ ਨੇ ਕਿ ਵੀ ਇੱਥੇ ਆ ਕੇ ਪੈ ਜਾਣਗੇ ਇੱਥੇ ਆ ਕੇ ਤੁਹਾਡੇ ਉਹ ਇੱਕ ਦਿਨ ਨਹੀਂ ਪੈਣੇ
ਉਹਦਾ ਰੀਜ਼ਨ ਹੈ ਕਿਉਂਕਿ ਆਹ ਜਿਹੜੇ ਸ਼ੂ ਆ ਸਪੈਸ਼ਲ ਫੋਰ ਕੈਨੇਡਾ ਵੈਦਰ ਆ, ਠੀਕ ਹੈ ਨਾ, ਕੈਨੇਡਾ ਦੇ ਵੈਦਰ ਲਈ ਮੇਡ ਆ, ਵਾਟਰਪਰੂਫ ਹੁੰਦੇ ਨੇ, ਪੂਰੇ ਸੀਲਡ ਹੁੰਦੇ ਨੇ, ਪਲੱਸ ਇਹਨਾਂ ਦੀ ਹਾਈਟ ਵੀ ਉਸ ਹਿਸਾਬ ਨਾਲ ਹੁੰਦੀ ਹੈ, ਇਹਨਾਂ ਦੇ ਅੰਦਰ ਪੈਡਿੰਗ ਵੀ ਲੱਗੀ ਹੁੰਦੀ ਹੈ, ਜਿੱਦਾਂ ਨਾ ਥਰਮਲ ਪੈਡਿੰਗ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਉਹਦੇ ਅੰਦਰ ਹੋਈ ਹੁੰਦੀ ਹੈ ਤਾਂ ਕਿ ਤੁਹਾਡੇ ਪੈਰ ਇੱਕਦਮ ਗਰਮ ਰਹਿਣ, ਕਿਉਂਕਿ ਤੁਸੀਂ ਤਕਰੀਬਨ ਸਨੋਅ ਦੇ ਵਿੱਚ ਹੀ ਰਹਿਣਾ ਅਤੇ ਸਨੋਅ ਨੇ ਚਿਪਕੀ ਜਾਣਾ ਤੁਹਾਡੇ ਬੂਟਾਂ ਨੂੰ। ਦੂਸਰੀ ਚੀਜ਼ ਆ ਵਾ ਇਹਨਾਂ ਦੀ ਜਿਹੜੀ ਲੈਂਥ ਹੈ ਉਹ ਵੀ ਉੱਪਰ ਹਾਈ ਐਂਕਲ ਤੋਂ ਵੀ ਕਈ ਵਾਰੀ ਉੱਤੇ ਆਉਂਦੀ ਹੈ, ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਕੁ ਹਾਈ ਐਂਕਲ ਲੈਣੀ ਹੈ। ਗੋਡਿਆਂ ਤੱਕ ਵੀ ਸ਼ੂ ਆਉਂਦੇ, ਜਿੱਦਾਂ ਕੁੜੀਆਂ ਦੇ ਬੂਟਸ ਆਉਂਦੇ ਆ, ਅਤੇ ਗਰਲਸ ਵਾਸਤੇ ਤਾਂ ਬਹੁਤ ਜ਼ਿਆਦਾ ਵਰਾਇਟੀ ਹੁੰਦੀ ਹੈ, ਬਹੁਤ ਸੋਹਣੇ ਸੋਹਣੇ ਸ਼ੂਜ਼ ਆਉਂਦੇ ਹੈਗੇ ਆ, ਕਲਰਸ ਉਹਨਾਂ ਦੇ ਬੜੇ ਜ਼ਬਰਦਸਤ ਹੁੰਦੇ ਆ, ਮਤਲਬ ਹਰ ਬ੍ਰਾਂਡ ਦੇ ਵਿੱਚ ਵਰਾਇਟੀ ਬਹੁਤ ਹੈ। ਬੋਆਇਜ਼ ਦੇ ਵਾਸਤੇ ਜ਼ਿਆਦਾ ਆਪਸ਼ਨਸ ਨਹੀਂ ਹੈ, ਉਹਨਾਂ ਵਾਸਤੇ ਇੱਦਾਂ ਦੇ ਸ਼ੂਜ਼ ਹੀ ਆਊਗੇ, ਇਹਨਾਂ 'ਚ ਕਲਰ ਆਜੂਗਾ ਬਲੈਕ, ਬਰਾਊਨ, ਬਲੂ, ਖਤਮ। ਬਾਕੀ ਆਹ ਜਿਹੜੇ ਸ਼ੂਜ਼ ਆ, ਆਹ ਵੀ ਤੁਹਾਨੂੰ ਜੀ ਘੱਟੋ ਘੱਟ ਨਹੀਂ ਤਾਂ ਅੱਛੇ ਜਿਹੜੇ ਸ਼ੂਜ਼ ਨੇ ਨਾ ਉਹ 150 ਤੋਂ ਸਟਾਰਟ ਹੁੰਦੇ ਨੇ। ਆਹ ਜਿਹੜੀਆਂ ਚੀਜ਼ਾਂ ਨੇ ਨਾ ਸਾਰੀਆਂ ਵਨ ਟਾਈਮ ਇਨਵੈਸਟਮੈਂਟ ਨੇ, ਤੁਸੀਂ ਇੱਥੇ ਆ ਕੇ ਇੱਕ ਵਾਰੀ ਲੈਣੀ, ਉਸ ਤੋਂ ਬਾਅਦ ਤੁਹਾਨੂੰ 3-4 ਸਾਲ 5 ਸਾਲ ਆਪਣੀ ਮਰਜ਼ੀ ਤੋਂ ਬਾਅਦ ਇੱਥੇ ਚੀਜ਼ਾਂ ਖਰਾਬ ਨਹੀਂ ਹੁੰਦੀਆਂ, ਤੁਸੀਂ ਆਪ ਸਿੱਟੋਗੇ ਚੀਜ਼ਾਂ ਕਿ ਬਈ ਹੁਣ ਮੈਂ ਬੋਰ ਹੋ ਗਿਆ, ਹੁਣ ਮੈਂ ਨਵੀਂ ਲੈ ਲਵਾਂ, ਚੀਜ਼ਾਂ ਨੂੰ ਉੱਥੇ ਕਦੇ ਕੁਛ ਨਹੀਂ ਹੁੰਦਾ। ਅਤੇ ਇਸ ਕਰਕੇ ਆ ਸ਼ੂ ਵੀ ਜਿਹੜੇ ਨੇ ਆਹ ਵੀ $150-$200 ਦੇ ਵਿੱਚ ਤੁਹਾਨੂੰ ਅੱਛੇ ਸ਼ੂਜ਼ ਮਿਲ ਜਾਣਗੇ। ਬਾਕੀ ਅਗੇਨ ਜਿੰਨਾ ਤੁਹਾਡਾ ਬਜਟ ਆ ਹੋਰ ਪਾਈ ਜਾਓ, 400, 500, 600, 700 ਦੇ ਸ਼ੂਜ਼ ਵੀ ਆਉਂਦੇ ਨੇ, $1,000 ਦੇ ਸ਼ੂਜ਼ ਵੀ ਆਉਂਦੇ ਨੇ। ਆਹ ਹੋ ਗਿਆ ਜੀ ਵਿੰਟਰ। ਹੁਣ ਜਿਹੜਾ ਵਿੰਟਰ ਦਾ ਟਾਈਮ ਹੈ ਨਾ ਉਹ ਤੁਸੀਂ ਲਗਾ ਲਓ, ਹੁਣ ਅਕਤੂਬਰ 'ਚ ਜਿੱਦਾਂ ਠੰਡ ਪੈਣੀ ਸ਼ੁਰੂ ਹੋ ਜਾਂਦੀ ਫਾਲ ਖਤਮ ਹੋਣ ਤੋਂ ਬਾਅਦ, ਅਤੇ ਫਿਰ ਉਹ ਚੱਲਦੀ ਰਹਿੰਦੀ ਹੈ ਅਪ੍ਰੈਲ ਮਈ ਦੇ ਵਿੱਚ ਤੱਕ ਚੱਲਦੀ ਰਹਿੰਦੀ, 6 ਮਹੀਨੇ ਤੁਸੀਂ ਕਹਿ ਲਓ ਵਿੰਟਰ ਤੁਹਾਡੀ ਰਹਿਣੀ ਰਹਿਣੀ ਇੱਥੇ, ਅਤੇ ਉਹ 6 ਮਹੀਨੇ ਤੁਹਾਨੂੰ ਆਹ ਸਾਰਾ ਸਮਾਨ ਚਾਹੀਦਾ ਵਾ। ਹੁਣ ਰਹੀ ਗੱਲ ਵਿੰਟਰ ਤੋਂ ਪਹਿਲੇ ਦੀ, ਜਿੱਦਾਂ ਮੰਨ ਲਓ ਬਰਫ਼ ਨਹੀਂ ਪਈ ਅਤੇ ਥੋੜ੍ਹਾ ਜਿਹਾ ਮੰਨ ਲਓ ਸੀਜ਼ਨ ਇੱਦਾਂ ਦਾ ਵਾ ਕਿ ਬਰਫ਼ ਨਹੀਂ ਪਈ ਪਰ ਠੰਡੀ ਹਵਾ ਚੱਲ ਰਹੀ ਹੈ, ਫਾਲ ਦਾ ਸੀਜ਼ਨ ਹੈ, ਫਾਲ ਦੇ ਸੀਜ਼ਨ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਸਿੰਪਲ ਜਿੱਦਾਂ ਸਵੈਟਸ਼ਰਟ ਪਾ ਲਈ, ਹੁੱਡੀ ਪਾ ਲਈ, ਠੀਕ ਹੈ, ਨਾਲ ਵਾਰਮ ਪਜਾਮਾ ਪਾ ਲਿਆ ਜਿੱਦਾਂ ਮੈਂ ਪਾਇਆ ਹੋਇਆ, ਠੀਕ ਹੈ, ਸ਼ੂ ਵੀ ਆਪਣੇ ਨੋਰਮਲ, ਕੋਈ ਇਹ 'ਚ ਕੋਈ ਵਾਟਰਪਰੂਫ ਵਾਲੀ ਨਹੀਂ, ਆਹ ਥੋੜ੍ਹਾ ਜਿਹਾ ਤੁਹਾਡਾ ਕੰਫਰਟ ਲੈਵਲ ਹੋਏਗਾ ਕਿਉਂਕਿ ਤੁਸੀਂ ਇਹ ਕੈਜੂਅਲ ਕੱਪੜੇ ਪਾ ਸਕਦੇ ਹੋ। ਵਿੰਟਰਸ ਦੇ ਵਿੱਚ ਵੀ ਆਹ ਚੀਜ਼ਾਂ ਤੁਸੀਂ ਥੱਲੇ ਪਾ ਕੇ ਰੱਖਣੀਆਂ, ਜੈਕਟ ਤੁਸੀਂ ਪਾ ਕੇ ਜਿੱਥੇ ਵੀ ਗਏ ਉੱਥੇ ਜਾ ਕੇ ਜੈਕਟ ਤੁਸੀਂ ਉਤਾਰ ਦੇਣੀ ਹੈ, ਆਈ ਮੀਨ ਦਿਸ ਇਜ਼ ਵੈਰੀ ਕੈਜੂਅਲ, ਸੋ ਯੂ ਕੈਨ ਜਸਟ ਵੇਅਰ ਇਟ, ਫਾਲ ਦੇ ਵਿੱਚ ਤੁਹਾਡਾ ਆਹ ਚੱਲ ਜਾਣਾ ਹੈਗਾ, ਅਤੇ ਬਹੁਤ ਵਧੀਆ ਆਹ ਵੀ ਕੱਪੜੇ ਤੁਸੀਂ, ਇਹ ਤਾਂ ਤੁਸੀਂ ਇੰਡੀਆ ਤੋਂ ਲੈ ਕੇ ਆ ਸਕਦੇ ਹੋ, ਕੋਈ ਐਸੀ ਗੱਲ ਨਹੀਂ ਹੈ, ਹੁੱਡੀਆਂ ਵਗੈਰਾ, ਪਜਾਮੇ ਵਗੈਰਾ ਜਿੰਨੇ ਲਿਆ ਸਕਦੇ ਹੋ ਲਿਓ, ਇੱਥੇ ਵੀ ਆਹ ਚੀਜ਼ਾਂ ਇਨੀਸ਼ੀਅਲੀ ਤੁਸੀਂ ਆ ਕੇ ਜੇ ਬਾਏ ਕਰੋਗੇ, ਜੇ ਪਜਾਮਾ ਲੈਣ ਜਾਂਦੇ ਹੋ ਤੁਸੀਂ ਐਡੀਡਾਸ ਦਾ ਜਾਂ ਕਿਸੇ ਵੀ ਅੱਛੇ ਬ੍ਰਾਂਡ ਦਾ, $70-$75 ਤੋਂ ਘੱਟ ਤੁਹਾਨੂੰ ਪਜਾਮਾ ਨਹੀਂ ਮਿਲੇਗਾ, ਠੀਕ ਹੈ, ਬ੍ਰਾਂਡਿਡ ਜਿਹੜਾ ਵਾ, ਠੀਕ ਹੈ, ਜਿਹੜੇ ਨੋਨ ਬ੍ਰਾਂਡਿਡ ਨੇ ਉਹ $30-$40 ਆਈ ਮੀਨ ਅਗੇਨ ਡਿਪੈਂਡ ਕਰਦਾ ਕਿਹੜਾ ਬ੍ਰਾਂਡ ਤੁਸੀਂ ਲੈਣਾ। ਹੁੱਡੀਆਂ ਵੀ ਇੱਥੇ ਜਿਹੜੀਆਂ ਨੇ ਉਹ ਇੰਡੀਆ ਵਕਨ ਹੀ ਆ, ਸੇਮ ਪ੍ਰਾਈਸ ਹੀ ਆ ਹੁੱਡੀਆਂ, ਭਾਵੇਂ ਤੁਸੀਂ ਇੱਥੇ ਆ ਕੇ ਲੈ ਲਓ, 30-40-50 ਤੋਂ ਸਟਾਰਟ ਹੋ ਜਾਂਦੀ ਹੈ, ਅਗੇਨ ਇਹਦਾ ਕੋਈ ਉਹ ਮਤਲਬ ਰੇਂਜ ਨਹੀਂ ਹੈ ਜਿੰਨੇ ਵੀ ਤੁਸੀਂ ਪੈਸੇ ਪਾਈ ਜਾਓ, ਡਿਪੈਂਡਿੰਗ ਅਪੋਨ ਦਾ ਬ੍ਰਾਂਡ। ਆਹ ਹੋ ਗਏ ਜੀ ਫਾਲ ਦੇ ਕੱਪੜੇ। ਹੁਣ ਆ ਗਏ ਗਰਮੀਆਂ ਦੇ, ਜਿਹੜੇ ਮੈਂ ਸਭ ਤੋਂ ਪਹਿਲੇ ਇੱਥੇ ਬੈਠ ਕੇ ਪਾਏ ਸੀਗੇ, ਜਿਹੜੇ ਤੁਸੀਂ ਦੇਖੀ ਮੇਰੀ ਫੋਟੋ, ਉਹਦੇ ਵਿੱਚ ਤਾਂ ਸਿੰਪਲ ਹੈ ਜੀ, ਟੀ-ਸ਼ਰਟਾਂ ਇੱਥੇ ਆ ਕੇ ਲਈਓ, ਬਹੁਤ ਸੋਹਣੀਆਂ, ਇੰਡੀਆ ਤੋਂ ਨਾ ਲੈ ਕੇ ਆਈਓ, 2-3 ਲੈ ਆਇਓ ਆਪਣੀ ਜ਼ਿੰਦਗੀ ਸ਼ੁਰੂਆਤ ਕਰਨ ਲਈ, ਕਿਉਂਕਿ ਟੀ-ਸ਼ਰਟਾਂ ਜਿਹੜੀਆਂ ਇੱਥੇ ਮਿਲਣੀਆਂ ਨਾ ਤੁਹਾਨੂੰ ਸੋਹਣੀਆਂ, ਉਹ ਤੁਹਾਨੂੰ ਉੱਥੇ ਨਹੀਂ ਮਿਲਣੀਆਂ। ਇੱਥੇ ਟੀ-ਸ਼ਰਟਾਂ ਦੇ ਪ੍ਰਿੰਟ, ਟੀ-ਸ਼ਰਟਾਂ ਦੇ ਸਟੱਫ ਬਹੁਤ ਹੀ ਵਧੀਆ ਨੇ, ਨਾਲੇ ਬਹੁਤ ਖੁੱਲੀਆਂ ਖੁੱਲੀਆਂ, ਮੀਨਸ ਸਵੈਗੀ ਸਟਾਈਲ ਵਾਲੇ ਕੱਪੜੇ ਵੀ ਤੁਹਾਨੂੰ ਸਾਰੇ ਇੱਥੇ ਮਿਲ ਜਾਣੇ। ਟੀ-ਸ਼ਰਟਾਂ ਦੀ ਰੇਂਜ ਆ ਜਿਹੜੀ ਜੀ ਉਹ ਵੀ $15-$20 ਤੋਂ ਸ਼ੁਰੂ ਹੋ ਜਾਂਦੀ ਹੈ, ਉਹ ਇੰਡੀਆ ਦੇ ₹700-1000 ਹੋ ਗਏ, ਅਤੇ ਮੈਂ ਦੇਖ ਕੇ ਆਇਆ ਜੀ ਇੰਡੀਆ, ਉਹ ਚੀਜ਼ ਤੁਹਾਨੂੰ ਜੋ $20 'ਚ ਇੱਥੇ ਮਿਲ ਜਾਣੀ ਤੁਹਾਨੂੰ ਉੱਥੇ ਨਹੀਂ ਮਿਲਣੀ। ਤਾਂ ਇੱਥੇ ਆ ਕੇ ਜਿੰਨੀਆਂ ਮਰਜ਼ੀ ਲਓ, ਨਾਇਕੀ ਬ੍ਰਾਂਡ ਜਿਹੜਾ ਮੈਂ ਮੇਰਾ ਸ਼ੋਪਿੰਗ ਵਾਲਾ ਜਿਹੜਾ ਵਲੌਗ ਆ ਉਹਦੇ 'ਚ ਮੈਂ ਤੁਹਾਨੂੰ ਸਟੋਰਸ ਦਿਖਾਇਆ, ਉੱਥੇ ਜਾ ਕੇ ਲਓ, ਤੁਹਾਨੂੰ $30 ਦੀਆਂ 2, $40 ਦੀਆਂ 2, ਆਈ ਮੀਨ 2 for $40, 2 for $50, ਇੱਦਾਂ ਤੁਹਾਨੂੰ ਔਫਰਾਂ ਲੱਗਦੀਆਂ ਰਹਿੰਦੀਆਂ ਬ੍ਰਾਂਡਸ ਦੇ ਉੱਤੇ, ਅਤੇ ਲੈ ਸਕਦੇ ਹੋ। ਐਡੀਡਾਸ 'ਤੇ ਘੱਟ ਔਫ ਲੱਗਦੀ ਹੈ, ਉੱਥੇ $40 ਦੀ ਟੀ-ਸ਼ਰਟ ਆ ਜਾਏਗੀ, ਬਟ ਆਈ ਮੀਨ ਟੀ-ਸ਼ਰਟਾਂ ਇੱਥੇ ਆ ਕੇ ਤੁਸੀਂ ਲਓ। ਉਸ ਤੋਂ ਬਾਅਦ ਆ ਗਈ ਨਿੱਕਰ, ਆਹ ਵੀ ਤੁਸੀਂ ਸ਼ਾਰਟਸ, ਠੀਕ ਹੈ ਨਾ, ਤੁਸੀਂ ਕੈਪਰੀ ਕਹਿ ਲਓ, ਸ਼ਾਰਟਸ ਕਹਿ ਲਓ, ਆਹ ਵੀ 1-2 ਲੈ ਕੇ ਆਓ, ਅਤੇ ਇੱਥੇ ਆ ਕੇ ਪਾਓ। ਇਹ ਗਰਮੀਆਂ 'ਚ ਪੈਣ ਵਾਲਾ ਸਮਾਨ ਆ ਸਾਰਾ, ਇਹ ਜਦੋਂ ਅਪ੍ਰੈਲ ਮਈ ਦੇ ਐਂਡ ਦੇ ਵਿੱਚ ਮਾੜੇ ਜਦੋਂ ਹਵਾ ਚੱਲਣੀ ਸ਼ੁਰੂ ਹੋ ਜਾਂਦੀ ਨਾ ਵਧੀਆ ਵਾਲੀ ਸਮਰ ਵਾਲੀ, ਫਿਰ ਆਹ ਸੀਜ਼ਨ ਆ ਜਾਂਦਾ। ਆਹ 2-3 ਮਹੀਨੇ ਤੁਹਾਡੇ ਇੱਦਾਂ ਦੇ ਕੱਪੜੇ ਖੁੱਲ੍ਹੇ ਖੁੱਲ੍ਹੇ ਬੜੇ ਚਿੱਲ ਮਾਰਨਾ ਤੁਸੀਂ ਆਹ ਕੱਪੜੇ ਪਾਉਣੇ, ਅਤੇ ਬਹੁਤ ਵਧੀਆ ਇਹਦੇ 'ਚ ਤੁਹਾਡਾ ਬੀਤ ਜਾਣਾ ਵੈਦਰ। ਅਤੇ ਆਹ ਹੋ ਗਏ ਜੀ ਸਮਰ ਦੇ, ਹੋਰ ਕੀ ਰਹਿ ਗਿਆ? ਉਹ ਹਾਂ, ਇੱਕ ਆਹ ਜੈਕਟ ਰਹਿ ਗਈ ਜੀ। ਆਹ ਜਿਹੜੀ ਸਮਰ ਖਤਮ ਹੁੰਦੇ, ਜਿਹੜੀ ਫਾਲ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਆਹ ਕੱਪੜਿਆਂ ਦੇ ਨਾਲ ਤੁਸੀਂ ਜੇ ਬਾਹਰ ਹੁਣ ਐਡੀ ਮੋਟੀ ਜੈਕਟ ਪਾ ਕੇ ਜਾਓਗੇ ਤਾਂ ਲੋਕਾਂ ਨੇ ਤੁਹਾਨੂੰ ਇੱਟਾਂ ਮਾਰਨੀਆਂ, ਕਿਉਂਕਿ ਬਹੁਤ ਜ਼ਿਆਦਾ ਇੱਥੇ ਠੰਡ ਇੰਨੀ ਹੋਈ ਨਹੀਂ ਹਜੇ, ਇਹ ਠੰਡ 'ਚ ਪੈਣੀ ਹੈ। ਆਹ ਪਾ ਸਕਦੇ ਹੋ ਜੈਕਟ, ਹੁਣ ਆਹ ਜਿਹੜੀ ਜੈਕਟ ਆ, ਇੱਦਾਂ ਦੇ ਗ੍ਰੇਡ ਦੀ ਜੈਕਟ ਤੁਹਾਨੂੰ ਇੰਡੀਆ 'ਚ ਵੀ ਮਿਲ ਸਕਦੀ ਹੈ, ਬਟ ਮੇਰੀ ਪ੍ਰੈਫਰੈਂਸ ਹੋਏਗੀ ਕਿ ਆਹ ਵੀ ਇੱਥੇ ਆ ਕੇ ਲਓ, ਕਿਉਂਕਿ ਇੰਡੀਆ ਦੇ ਵਿੱਚ ਵੀ ਅੱਛੀ ਜਿਹੜੀ ਜੈਕਟ ਹੈ ਉਹ 3-4-5 ਹਜ਼ਾਰ ਤੋਂ ਸਟਾਰਟ ਹੋਏਗੀ। ਇੱਥੇ ਆ ਕੇ ਤੁਸੀਂ ਆਹ ਵੀ $100 ਦੀ, $150-$200, ਡਿਪੈਂਡਿੰਗ ਅਪੋਨ ਆਹ ਬ੍ਰਾਂਡ ਹੋਰ ਹੈ, ਆਈ ਮੀਨ ਤੁਸੀਂ
ਹਾਂਜੀ ਜੀ, ਹੁਣ ਆਪਾਂ ਗੱਲ ਕਰਦੇ ਹਾਂ ਕਿ ਕੰਮ ਰੁਕਦੇ ਆ ਕਿ ਨਹੀਂ। ਜਿੱਦਾਂ ਮੰਨ ਲਓ ਬਰਫ਼ ਪੈ ਰਹੀ ਆ ਬਾਹਰ, ਬੜਾ ਤੂਫਾਨ ਆ ਗਿਆ, ਆਪਾਂ ਵੀਡੀਓ 'ਚ ਦੇਖਦੇ ਹਾਂ ਕਿ ਕਾਰਾਂ ਦੇ ਉੱਤੇ ਬਰਫ਼ਾਂ ਡਿੱਗੀਆਂ ਪਈਆਂ, ਕਾਰ ਗੁਆਚ ਜਾਂਦੀ ਹੈ। ਮੇਰੀ ਤਾਂ ਇੱਕ ਵਾਰੀ ਬਰਫ਼ ਪਈ ਸੀਗੀ ਇੰਨੀ ਜ਼ਿਆਦਾ ਕਿ ਮੈਂ ਕਾਰ ਸਾਫ਼ ਕੀਤੀ, ਪਤਾ ਲੱਗਾ ਕਿ ਮੈਂ ਪਿਛਲੇ ਵਾਲੇ ਦੀ ਗੱਡੀ ਦੀ ਸਾਰੀ ਬਰਫ਼ ਲਾ ਤੀ ਅਤੇ ਮੇਰੀ ਗੱਡੀ ਅੱਗੇ ਖੜੀ ਹੈ। ਇੰਨੀ ਕੁ ਜ਼ਿਆਦਾ ਇੱਥੇ ਬਰਫ਼ ਪੈ ਜਾਂਦੀ ਹੈ, ਬਟ ਟੈਨਸ਼ਨ ਵਾਲੀ ਕੋਈ ਅਸੀਂ ਗੱਲ ਨਹੀਂ ਹੈ, ਉਹ ਦੇਖਣ 'ਚ ਲੱਗਦਾ ਵਾ। ਪਹਿਲੇ ਸਾਲ ਜਦੋਂ ਤੁਸੀਂ ਆਓਗੇ ਤੁਸੀਂ ਜ਼ਰੂਰ ਸਰਪ੍ਰਾਈਜ਼ ਹੋ ਜਾਓਗੇ ਕਿ ਯਾਰ ਕਮਾਲ ਹੋ ਗਈ ਹੈ, ਇੰਨਾ ਜ਼ਿਆਦਾ ਵੈਦਰ ਕਿੱਦਾਂ ਖਰਾਬ ਹੋ ਸਕਦਾ ਅਤੇ ਲੋਕ ਜੀ ਕਿੱਦਾਂ ਰਹੇ ਆ। ਆਈ ਮੀਨ ਮੈਂ ਮਜ਼ਾਕ ਨਹੀਂ ਕਰ ਰਿਹਾ, ਜੇ ਇੰਨਾ ਕੁ ਵੈਦਰ ਆਪਣਾ ਇੰਡੀਆ 'ਚ ਖਰਾਬ ਹੋਇਆ ਹੁੰਦਾ ਨਾ ਤਾਂ ਦੁਨੀਆ ਰੁਕ ਜਾਣੀ ਸੀਗੀ, ਸਾਰੀ ਕੁਛ ਨਹੀਂ ਹੋ ਪਾਉਣਾ ਸੀਗਾ। ਪਰ ਇੱਥੇ ਸਿਸਟਮਸ ਬਹੁਤ ਵਧੀਆ ਨੇ, ਨਾਲ ਦੀ ਨਾਲ ਟਰੱਕ ਸਨੋਅ ਚੱਕਦੇ ਆ, ਨਾਲ ਦੀ ਨਾਲ ਲੋਕਾਂ ਨੇ ਨਾ ਨਮਕ ਜਿਹਾ ਹੁੰਦਾ ਵਾ ਫੁੱਟਪਾਥ 'ਤੇ ਸਿੱਟਦੇ ਜਾਂਦੇ ਆ ਤਾਂ ਕਿ ਜਿੰਨੀ ਵੀ ਸਾਰੀ ਬਰਫ਼ ਆ ਮੈਲਟ ਹੁੰਦੀ ਰਹੇ। ਪਲੱਸ ਜਿਹੜੇ ਤੁਹਾਡੇ ਸਨੋਅ ਸ਼ੂਜ਼ ਨੇ ਉਹ ਐਂਟੀ ਸਲਿਪਰੀ ਹੁੰਦੀ ਆ, ਇਸ ਕਰਕੇ ਉਹ ਸਲਿਪ ਨਹੀਂ ਕਰਦੇ। ਇਹਨਾਂ ਦੇ ਨੀਚੇ ਆਹ ਲੱਗੇ ਹੁੰਦੇ ਆ, ਇਹਦੇ ਨੀਚੇ ਵੀ ਇੱਕ ਚੀਜ਼ ਲੱਗ ਜਾਂਦੀ ਹੈ, $10 ਦੀ ਆਉਂਦੀ ਆ, ਉਹ ਕਿੱਲਾਂ ਜੀਆਂ ਹੁੰਦੀਆਂ ਜਿਹੜੀਆਂ ਉਹ ਥੱਲੇ ਲੱਗ ਜਾਂਦੀਆਂ ਤਾਂ ਕਿ ਜਦੋਂ ਤੁਸੀਂ ਤੁਰੋ ਤੁਹਾਡੀ ਗ੍ਰਿਪ ਬਣ ਜਾਵੇ। ਅਤੇ ਮਤਲਬ ਸਾਰਾ ਕੁਛ ਮੈਨੇਜੇਬਲ ਹੈ, ਕੋਈ ਐਸੀ ਗੱਲ ਨਹੀਂ ਹੈ। ਅਤੇ ਕੋਈ ਕੰਮ ਰੁਕਦਾ ਨਹੀਂ, ਕਲਾਸਾਂ ਵੀ ਨਹੀਂ ਇੱਥੇ ਰੁਕਦੀਆਂ, ਇੱਦਾਂ ਨਹੀਂ ਕਿ ਕਲਾਸਾਂ ਬੰਦ ਹੋ ਜਾਣਗੀਆਂ, ਸਕੂਲ ਬੰਦ ਹੋ ਜਾਣ, ਕਾਲਜ ਬੰਦ ਹੋ ਜਾਣ, ਸਭ ਕੁਝ ਚੱਲਦਾ ਰਹਿੰਦਾ। ਜੋਬਸ 'ਤੇ ਵੀ ਲੋਕ ਜਾਂਦੇ ਆ। ਹਾਂ, ਇੱਕ ਚੀਜ਼ ਜ਼ਰੂਰ ਹੈ, ਜਦੋਂ ਬਹੁਤ ਜ਼ਿਆਦਾ ਵੈਦਰ ਖਰਾਬ ਹੋ ਜਾਵੇ ਫਿਰ ਜਿਹੜੀ ਜੋਬ ਮਾਰਕੀਟ ਹੁੰਦੀ ਨਾ ਉਹ ਥੋੜ੍ਹੀ ਜਿਹੀ ਡਾਊਨ ਆ ਜਾਂਦੀ ਹੈ। ਉਹਦਾ ਰੀਜ਼ਨ ਹੈਗਾ ਵਾ ਕਿ ਜਦੋਂ ਹੁਣ ਜਨਵਰੀ ਫੈਬਰਵਰੀ ਦੇ ਵਿੱਚ ਐਂਡ ਦੇ ਵਿੱਚ ਜਾ ਕੇ ਇੱਕ ਐਸਾ ਟਾਈਮ ਆਉਂਦਾ ਜਦੋਂ ਬਹੁਤ ਜ਼ਿਆਦਾ ਸਨੋਅ ਪੈਣ ਲੱਗ ਜਾਂਦੀ ਹੈ। ਉਹਦੇ ਨਾਲ ਕੀ ਹੁੰਦਾ ਵਾ ਕਿ ਹੁਣ ਜਿੰਨੇ ਵੀ ਸਟੋਰਸ ਨੇ ਜਾਂ ਜਿੰਨੇ ਵੀ ਰੈਸਟੋਰੈਂਟਸ ਨੇ ਉਹਨਾਂ ਦਾ ਬਿਜ਼ਨਸ ਥੋੜ੍ਹਾ ਜਿਹਾ ਡਾਊਨ ਆ ਜਾਂਦਾ, ਕਿਉਂਕਿ ਲੋਕ ਪ੍ਰੈਫਰ ਕਰਦੇ ਕਿ ਇੰਨੇ ਜ਼ਿਆਦਾ ਖਰਾਬ ਸੀਜ਼ਨ 'ਚ ਉਹ ਘਰ ਹੀ ਰਹਿਣ। ਡਿਲੀਵਰੀ ਦਾ ਕੰਮ ਬਹੁਤ ਜ਼ਿਆਦਾ ਫਿਰ ਅੱਪ ਹੋ ਜਾਂਦਾ ਵਾ, ਅਤੇ ਜਿਹੜੇ ਲੋਕ ਡਿਲੀਵਰੀ ਦੀ ਜੋਬ ਕਰਨ ਦੀ ਸੋਚਦੇ ਜਿੱਦਾਂ ਫੂਡੋਰਾ ਵਾ, ਊਬਰ ਈਟਸ ਹੈ ਜਾਂ ਫਿਰ ਪੀਜ਼ਾ ਡਿਲੀਵਰੀ ਹੈ, ਉਹਨਾਂ ਦੇ ਲਈ ਤਾਂ ਬੱਲੇ ਬੱਲੇ ਆ ਸੀਜ਼ਨ। ਉਹਦਾ ਰੀਜ਼ਨ ਹੈ ਕਿਉਂਕਿ ਸਾਰਿਆਂ ਨੇ ਘਰ ਬੈਠ ਕੇ ਕੰਮ ਔਡਰ ਖਾਣਾ ਔਡਰ ਕਰਨਾ ਅਤੇ ਕਿਸੇ ਨੂੰ ਵੀ ਰੈਸਟੋਰੈਂਟ ਜਾਣ ਦੀ ਲੋੜ ਨਹੀਂ। ਬਾਕੀ ਹੁਣ ਜਿਹੜੇ ਲੋਕਾਂ ਨੇ ਕੰਮ ਕਰਨਾ ਰੈਸਟੋਰੈਂਟ 'ਚ ਉਹਨਾਂ ਦਾ ਕੰਮ ਥੋੜ੍ਹਾ ਠੱਪ ਹੋ ਜਾਂਦਾ, ਉਹਦਾ ਰੀਜ਼ਨ ਹੈ ਕਿਉਂਕਿ ਇੰਨੀ ਠੰਡ 'ਚ ਕਸਟਮਰ ਘੱਟ ਹੁੰਦਾ ਵਾ, ਫਿਰ ਰੈਸਟੋਰੈਂਟਸ ਨੂੰ ਲੇਬਰ ਦੀ ਵੀ ਘੱਟ ਲੋੜ ਪੈਂਦੀ ਆ, ਅਤੇ ਵੇਟਰਸ ਵਗੈਰਾ ਜਾਂ ਜੋ ਵੀ ਆ ਕੁਕਿੰਗ ਕੁਛ ਵੀ ਆ ਜੋ ਵੀ ਤੁਹਾਡਾ ਰੋਲ ਆ, ਆ ਹਰ ਚੀਜ਼ਾਂ ਦੇ ਵਿੱਚ ਤੁਹਾਨੂੰ ਉਹਨਾਂ ਨੂੰ ਲੋੜ ਘੱਟ ਹੈ, ਇਸ ਕਰਕੇ ਫਿਰ ਮਾਰਕੀਟ ਥੋੜ੍ਹੀ ਜਿਹੀ ਡਾਊਨ ਆ ਜਾਂਦੀ ਹੈਗੀ ਆ। ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ ਆ ਜੀ, ਤੁਹਾਡੇ ਸਾਹਮਣੇ ਹੀ ਆ, ਕੋਈ ਚਿੱਲ ਕੰਮ ਹੀ ਆ। ਜਿਹੜੇ ਵੀ ਲੋਕ ਇੱਥੇ ਆਉਂਦੇ, ਪਹਿਲੇ ਸਾਲ ਮੈਨੂੰ ਥੋੜ੍ਹਾ ਔਖਾ ਲੱਗਾ ਸੀਗਾ, ਉਸ ਤੋਂ ਬਾਅਦ ਈਜ਼ੀ ਹੋ ਗਿਆ, ਤੀਜੇ ਸਾਲ 'ਤੇ ਪਤਾ ਹੀ ਨਹੀਂ ਲੱਗਾ, ਹੁਣ ਚੌਥਾ ਅਤੇ ਪੰਜਵਾਂ 'ਤੇ ਬਸ ਹੁੰਦਾ ਜੀ, ਹੁਣ ਇੱਥੇ ਵਾਲੀ ਫੀਲਿੰਗ ਹੀ ਆ, ਕੋਈ ਫਰਕ ਨਹੀਂ ਪੈਂਦਾ ਹੈਗਾ ਵਿੰਟਰ ਵਿੰਟਰ ਦਾ, ਸਗੋਂ ਮਜ਼ਾ ਆਉਂਦਾ ਵਾ ਕਿ ਸਮਰ ਆਈ ਵਿੰਟਰ ਆਈ, ਅਮੀਰ ਬੰਦਾ ਬੋਰ ਨਹੀਂ ਹੁੰਦਾ, ਚੇਂਜ ਕਰਦਾ ਰਹਿੰਦਾ। ਹਾਂਜੀ ਦੋਸਤੋ, ਆਹ ਸੀਗੀ ਮੇਰੀ ਅੱਜ ਦੀ ਵੀਡੀਓ ਅਬਾਊਟ ਵੈਦਰ ਇਨ ਕੈਨੇਡਾ, ਵੈਦਰ ਕਿੱਦਾਂ ਦਾ ਹੁੰਦਾ ਵਾ, ਠੰਡ ਕਿੱਦਾਂ ਦੀ ਹੁੰਦੀ ਆ, ਅਤੇ ਕੱਪੜੇ ਜਿਹੜੇ ਨੇ ਉਹ ਕਿਹੜੇ ਪਾਉਣੇ ਆ, ਕਿਹੜੇ ਇੰਡੀਆ ਤੋਂ ਲੈ ਕੇ ਆਉਣੇ ਆ, ਕਿਹੜੇ ਇੱਥੋਂ ਲੈਣੇ ਆ। ਆਈ ਮੀਨ ਬਹੁਤ ਹੀ ਸਿੰਪਲ ਕੰਮ ਹੈ ਜੀ, ਕੋਈ ਅਸੀਂ ਰੋਕੇਟ ਸਾਇੰਸ ਹੈ ਨਹੀਂ। ਅਤੇ ਰੈਡੀ ਹੋ ਜਾਓ ਹੁਣ ਵਿੰਟਰਸ ਵਾਸਤੇ, ਅਸੀਂ ਵੀ ਰੈਡੀ ਹਾਂ ਵੈਸੇ, ਕਿਉਂਕਿ ਬਰਫ਼ ਬਾਹਰ ਪੈਣ ਵਾਲੀ ਆ, ਹੋਰ ਇੱਕ ਮਹੀਨੇ ਤੱਕ ਜਾਂ ਡੇਢ ਮਹੀਨੇ ਤੱਕ ਬਰਫ਼ ਪੈਣੀ ਸ਼ੁਰੂ ਹੋ ਜਾਣੀ ਹੈ। ਠੰਡ ਵੈਸੇ ਇੰਨੀ ਕੁ ਹੋ ਗਈ ਇੱਥੇ ਕਿ ਹੁਣ ਤੁਸੀਂ ਕਹਿ ਲਓ ਅਕਤੂਬਰ ਐਂਡ ਨਵੰਬਰ ਹੈ, ਮਾਈਨਸ ਟੈਂਪਰੇਚਰ ਜਾਣਾ ਸ਼ੁਰੂ ਹੋ ਗਿਆ, ਯਾਨੀ ਸਾਹ ਆਉਣਾ ਮਾੜਾ ਮਾੜਾ ਬੰਦ ਹੋ ਗਿਆ, ਹਵਾ ਜਿਹੜੀ ਹੈ ਤੇਜ਼ ਚੱਲਣੀ ਸ਼ੁਰੂ ਹੋ ਗਈ ਹੈ। ਵਿੰਟਰ 'ਚ ਟੈਂਪਰੇਚਰ ਜਾਏਗਾ ਜੀ -30, -40, -45, ਪਾਣੀ ਸੱਟੋ ਬਰਫ਼ ਬਣ ਜਾਂਦਾ। ਬਟ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਤੁਸੀਂ ਇੱਦਾਂ ਦੇ ਕੱਪੜੇ ਪਾਓਗੇ, ਜੈਕਟਾਂ ਸ਼ੈਕਟਾਂ ਠੀਕ ਹੈ ਨਾ, ਮਫਲਰ ਵਗੈਰਾ ਇੱਦਾਂ ਦਾ ਸਮਾਨ ਲੈ ਕੇ ਤੁਸੀਂ ਸੈੱਟ ਰਹੋਗੇ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈ। ਅਤੇ ਥੈਂਕ ਯੂ ਵੈਰੀ ਮੱਚ ਜੀ ਵੀਡੀਓ ਦੇਖਣ ਲਈ, ਮਿਲਦੇ ਹਾਂ ਅਗਲੇ ਹਫ਼ਤੇ ਇੱਕ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਕੀਪ ਵਾਚਿੰਗ ਪਾਰੂ TV।